ਜਦੋਂ ਜ਼ਿੰਦਗੀ ਤੁਹਾਨੂੰ ਕੋਈ ਝਟਕਾ ਦਿੰਦੀ ਹੈ ਤਾਂ ਤੁਹਾਡਾ ਹਰ ਫੈਸਲਾ ਤੁਹਾਡੇ ਭਵਿੱਖ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿੰਘ ਥਿੰਦ ਐਂਡ ਐਸੋਸੀਏਟਸ ਨੇ ਕ੍ਰਿਮੀਨਲ, ICBC ਅਤੇ ਇਮੀਗ੍ਰੇਸ਼ਨ ਕੇਸਿਸ ਵਿੱਚ ਤੁਹਾਡੇ ਜਿਹੇ ਕਈ ਲੋਕਾਂ ਦੇ ਹੱਕਾਂ ਦੀ ਰਾਖੀ ਕੀਤੀ ਹੈ। ਇਹਨਾਂ ਨੂੰ ਸੁਪਰੀਮ ਕੋਰਟ ਆਫ ਕੈਨੇਡਾ ਤੱਕ ਵੱਡੇ ਕੇਸਾਂ ਦੀ ਪੈਰਵੀ ਕਰਨ ਦਾ ਤਜਰਬਾ ਹੈ। ਹੈਲੋ, ਆਮ ਅਮਨਦੀਪ ਸਿੰਘ ਐਂਡ ਆਮ ਜਸਟਿਨ ਥਿੰਦ, ਯੂਅਰ ਲਾਇਰਸ, ਬਿਕਾਜ਼ ਵੀ ਕੇਅਰ। 604-543-3886 ਤੇ ਫੋਨ ਕਰੋ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਦ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਨੂੰ ਜੈ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਸਾਥ ਦੇਣਗੇ ਸ਼੍ਰੀ ਗੁਰੂ ਨਾਨਕ ਮਿਸ਼ਨ ਤੋਂ ਆਏ ਹੋਏ ਸਾਡੇ ਮਹਿਮਾਨ ਬੀਬੀ ਬਲਜੀਤ ਕੌਰ ਖਾਲਸਾ ਜੀ। ਅੱਜ ਇਹਨਾਂ ਤੋਂ ਗੁਰਬਾਣੀ ਅਨੁਸਾਰ ਜੋ ਖਿਮਾ, ਮਾਫ਼ੀ, ਫਰਗਿਵਨੈਸ ਦੀ ਜਿਹੜੀ ਮਹੱਤਤਾ ਹੈ ਉਸ ਬਾਰੇ ਆਪ ਕੋ ਜਾਣਕਾਰੀ ਲੈਂਦੇ ਹਾਂ। ਆਮ ਤੌਰ 'ਤੇ ਅਸੀਂ ਸਮਝਦੇ ਹਾਂ ਕਿ ਜਿਹੜਾ ਵਿਅਕਤੀ ਮਾਫ਼ ਕਰ ਦਿੰਦਾ ਹੈ ਉਹ ਕਮਜ਼ੋਰ ਹੁੰਦਾ ਹੈ, ਪਰ ਕੀ ਵਾਕਿਆ 'ਚ ਹੀ ਗੁਰਬਾਣੀ ਨੂੰ ਜਦੋਂ ਅਸੀਂ ਦੇਖਦੇ ਹਾਂ ਤਾਂ ਉਸ ਦੇ ਵਿੱਚ ਸਾਨੂੰ ਕੀ ਕਿਹਾ ਗਿਆ ਹੈ, ਕਿਉਂ ਸਾਨੂੰ ਇਹ ਫੋਰਗਿਵਨੈਸ ਦਾ ਐਸਪੈਕਟ ਆਪਣੇ ਜੀਵਨ ਵਿੱਚ ਸਟਰੋਂਗ ਕਰਨਾ ਚਾਹੀਦਾ ਹੈ? ਇਸ ਬਾਰੇ ਜਾਣਕਾਰੀ ਲੈਂਦੇ ਹਾਂ ਬੀਬੀ ਬਲਜੀਤ ਕੌਰ ਖਾਲਸਾ ਜੀ ਤੋਂ। ਬੀਬੀ ਜੀ, ਜੈ ਹਿੰਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਪੋਰਟੈਂਸ ਆਫ ਫੋਰਗਿਵਨੈਸ, ਫੋਰਗਿਵਨੈਸ ਦੀ ਜੋ ਅਸੀਂ ਗੱਲ ਕਰਦੇ ਹਾਂ, ਮਾਫ਼ ਕਰ ਦੇਣਾ ਕਿਸੇ ਨੂੰ, ਇਹ ਬੜਾ ਔਖਾ ਹੈਗਾ, ਕਿਉਂਕਿ ਕੋਈ ਸਾਡੇ ਨਾਲ ਕੁਝ ਗਲਤ ਕਰਦਾ ਤਾਂ ਅਸੀਂ ਫਿਰ ਉਸ ਤੋਂ ਬਾਅਦ ਉਹ ਗੱਲ ਮਨ 'ਚ ਬਿਠਾ ਲੈਂਦੇ ਹਾਂ, ਉਹ ਫਿਰ ਉਸ ਤੋਂ ਅਸੀਂ ਉਹਦਾ ਬਦਲਾ ਲੈਣਾ ਚਾਹੁੰਦੇ ਹਾਂ। ਇਹ ਸਿਲਸਿਲਾ ਇੱਕ ਵਿਸ਼ੇ ਸਰਕਲ ਸ਼ੁਰੂ ਹੋ ਜਾਂਦਾ ਹੈ ਅਤੇ ਅਸੀਂ ਸਮਝਦੇ ਕਿ ਨਹੀਂ, ਕਿਸੇ ਨੂੰ ਮਾਫ਼ ਜੇ ਮੈਂ ਕਰ ਦਿੱਤਾ ਤਾਂ ਮੈਂ ਤਾਂ ਕਮਜ਼ੋਰ, ਲੋਕ ਮੈਨੂੰ ਕੀ ਕਹਿਣਗੇ, ਜਾਂ ਮੈਂ ਆਪ ਵੀ ਆਪਣੇ ਆਪ ਨੂੰ ਸਮਝਾਂਗਾ ਕਿ ਉਹ ਮੈਨੂੰ ਫੋਰ ਗ੍ਰਾਂਟਿਡ ਲੈ ਲਵੇਗਾ। ਹਾਂਜੀ, ਸੋ ਸਾਨੂੰ ਅੱਜ ਦੱਸੋ ਕਿ ਫੋਰਗਿਵਨੈਸ ਨੂੰ ਕਿਉਂ ਜ਼ਰੂਰੀ ਹੈਗਾ ਕਿ ਅਸੀਂ ਇਸ ਨੂੰ ਸਮਝੀਏ ਅਤੇ ਨਾਲ ਖਾਸ ਤੌਰ ਦੇ ਉੱਤੇ ਇਸ ਨੂੰ ਅਡੋਪਟ ਕਰਨਾ ਸ਼ੁਰੂ ਕਰੀਏ। ਹਾਂਜੀ, ਮਾਫ਼ ਕਰਨਾ ਔਖਾ ਨਹੀਂ, ਇਹ ਸਾਡੀ ਸੋਚ ਦੇ ਉੱਤੇ ਖੜਾ ਹੈ ਜੀ। ਅਗਰ ਤਾਂ ਅਸੀਂ ਇਹ ਸੋਚ ਕੇ ਕਰ ਰਹੇ ਹਾਂ ਕਿ ਆਪਣੇ ਲਈ ਕਰ ਰਹੇ ਹਾਂ, ਫਿਰ ਤਾਂ ਹੈ ਬਹੁਤ ਸੌਖਾ। ਅਗਰ ਇਹ ਸੋਚ ਹੈ ਵੀ ਕਿਸੇ ਦੇ ਮਾਫ਼ ਕਰਕੇ ਉਹਨੂੰ ਉੱਤੇ ਅਹਿਸਾਨ ਕਰ ਰਹੇ ਹਾਂ ਜੀ, ਫਿਰ ਵਾਕਈ ਔਖਾ ਹੈ। ਸੋ ਆਪਣੇ ਲਈ ਫੋਰਗਿਵਨੈਸ ਕਿਵੇਂ ਬੈਨੀਫਿਸ਼ੀਅਲ ਹੋ ਸਕਦੀ? ਹਾਂਜੀ, ਦੇਖੋ, ਇੱਕ ਵਾਰ ਅਗਰ ਕਿਸੇ ਨੇ ਤੁਹਾਡੇ ਨਾਲ ਬੁਰਾ ਕੀਤਾ, ਤੁਹਾਨੂੰ ਦੁੱਖ ਦਿੱਤਾ ਜਾਂ ਟੋਰਚਰ ਕੀਤਾ, ਵਟ ਐਵਰ ਜੋ ਵੀ ਕੀਤਾ, ਉਹਨੇ ਤਾਂ ਇੱਕ ਵਾਰ ਕੀਤਾ, ਤੁਸੀਂ ਵਾਰ ਵਾਰ ਸੋਚ ਸੋਚ ਕੇ ਕਿੰਨੀ ਵਾਰ ਦੁਖੀ ਹੋਏ, ਕਿੰਨੀ ਵਾਰ ਅਸ਼ਾਂਤ ਹੋਏ, ਕਿੰਨੀ ਵਾਰ ਪਰੇਸ਼ਾਨ ਹੋਵੇ ਜੀ, ਇੱਕ ਤਰ੍ਹਾਂ ਦੇ ਉਸ ਨੈਗੇਟਿਵਿਟੀ ਦੇ ਚੱਕਰ ਵਿੱਚ ਤੁਸੀਂ ਕਿ ਰਹੀ ਪਏ ਹੋ, ਵਾਰ ਵਾਰ ਉੱਥੇ ਉਲਝੇ ਪਏ ਹੋ, ਗੁਲਾਮ ਹੀ ਹੋ ਗਏ ਉਸ ਸਿਚੁਏਸ਼ਨ ਦੇ, ਉਹ ਘਟਨਾ ਦੇ। ਅਗਰ ਅਸੀਂ ਮਾਫ਼ ਕਰ ਦਿੰਦੇ ਹਾਂ ਫਿਰ ਅਸੀਂ ਇਸ ਤੋਂ ਆਜ਼ਾਦ ਹੋ ਸਕਦੇ ਹਾਂ, ਨਹੀਂ ਮਾਫ਼ ਕਰਦੇ ਤਾਂ ਅਸੀਂ ਉਹਦੇ ਵਿੱਚ ਫਸੇ ਹੀ ਹੋਏ ਹਾਂ। ਗੁਰੂ ਮਹਾਰਾਜ ਵੀ ਕਹਿੰਦੇ ਨੇ ਭਾਈ ਮਾਫ਼ ਕਰ ਦਿਓ, ਖਿਮਾ ਗਹੀ ਸੱਚ ਸੰਚਿਓ ਖਾਇਓ ਅੰਮ੍ਰਿਤ ਨਾਮ। ਮਹਾਰਾਜ ਕਹਿੰਦੇ ਮਾਫ਼ ਕਰ ਦਿਓ, ਜੋੜੋ ਕੀ ਇਕੱਠਾ ਕਰੋ ਤੁਸੀਂ, ਅੰਮ੍ਰਿਤਮਈ ਨਾਮ ਇਕੱਠਾ ਕਰੋ, ਜਿਹਦੇ ਵਿੱਚ ਫਸੇ ਹੋਏ ਇਹਨੂੰ ਕੱਢੋ ਬਾਹਰ ਜੀ। ਤਾਂ ਇਹ ਬਹੁਤ ਜ਼ਰੂਰੀ ਹੈ, ਮਾਫ਼ ਕਰਕੇ ਐਕਚੁਲੀ ਅਸੀਂ ਆਪਣੇ ਆਪ ਨੂੰ ਉਹਦੇ ਨਾਲ ਆਜ਼ਾਦ ਕਰ ਰਹੇ ਹਾਂ ਜੀ, ਉਹਦੇ 'ਤੇ ਕੋਈ ਅਹਿਸਾਨ ਨਹੀਂ ਕਰ ਰਹੇ, ਉਹ ਤਾਂ ਆਪਣੇ ਕਰਮ ਵਿੱਚ ਉਲਝਿਆ ਹੀ ਹੋਇਆ ਜੀ। ਸੋ ਅਸੀਂ ਉਹਦੇ ਨਾਲ ਆਜ਼ਾਦ ਹੋਏ ਹਾਂ, ਅਸੀਂ ਹੋ ਗਏ ਹਲਕੇ, ਅਸੀਂ ਹੋ ਗਏ ਲਾਈਟ ਜਦੋਂ ਅਸੀਂ ਉਹਨੂੰ ਮਾਫ਼ ਕਰ ਦਿੱਤਾ। ਨਹੀਂ, ਜਦੋਂ ਅਸੀਂ ਮਾਫ਼ ਕਰਦੇ ਫਿਰ ਦੇਖੋ ਫਿਰ ਕੀ ਹੁੰਦਾ ਹੈ, ਕੁਛ ਅਸੀਂ ਨੈਗੇਟਿਵ ਸੋਚਾਂਗੇ, ਕੁਛ ਦੂਸਰਾ ਸੋਚੂਗਾ, ਇਹ ਸਿਲਸਿਲਾ ਚੱਲਦਾ ਹੀ ਰਹੇਗਾ, ਚੱਲਦਾ ਹੀ ਰਹੇਗਾ। ਔਰ ਕਈ ਵਾਰ ਜਦੋਂ ਨਹੀਂ ਮਾਫ਼ ਕਰਦੇ ਨਾ ਤਾਂ ਬਦਲਾ ਲੈਣ ਦੀ ਭਾਵਨਾ ਵੀ ਅੰਦਰ ਜਾਗਰਤ ਹੋ ਜਾਂਦੀ, ਔਰ ਇੱਥੋਂ ਤੱਕ ਫਿਰ ਬਦਲਾ ਲੈਣ ਦੀ ਭਾਵਨਾ ਇਤਨੀ ਪ੍ਰਬਲ ਹੋ ਜਾਂਦੀ, ਪੀੜ੍ਹੀ ਦਰ ਪੀੜ੍ਹੀ ਜਿਹੜਾ ਹੈ ਇਹ ਬਦਲੇ ਲੈਣ ਦੀਆਂ ਭਾਵਨਾਵਾਂ ਚੱਲਦੀਆਂ ਹੀ ਰਹਿੰਦੀਆਂ। ਇੱਥੋਂ ਤੱਕ ਕਈ ਵਾਰ ਕਿ ਜਾਨਾਂ ਦੀਆਂ ਜਾਨਾਂ ਵੀ ਚਲੀਆਂ ਜਾਂਦੀਆਂ, ਪੀੜ੍ਹੀਆਂ ਜਿਹੜੀਆਂ ਗਰਕ ਹੋ ਜਾਂਦੀਆਂ। ਗੁਰਬਾਣੀ ਵਿੱਚ ਕਿਹਾ ਮਹਾਰਾਜ ਜੀ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਮਾਫ਼ ਨਹੀਂ ਕੀਤਾ ਉਹਨਾਂ ਦਾ ਹਾਲ ਦੇਖੋ ਕੀ ਹੋਇਆ। ਖਿਮਾ ਵੀ ਹੁਣੇ ਖੱਪ ਗਏ, ਖੂਹਣ ਲੱਖ ਅਸੰਖ, ਗਣਤ ਨਾ ਆਵੇ ਕਿਉਂ ਗਣੀ, ਖੱਪ ਖੱਪ ਮੂਹੇ ਬਿਸੰਖ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੁਨੀਆ ਦੇ ਲੋਕੋ ਦੇਖੋ, ਜਿਨ੍ਹਾਂ ਨੇ ਮਾਫ਼ ਨਹੀਂ ਨਾ ਕੀਤਾ ਉਹਨਾਂ ਦਾ ਹਾਲ ਕੀ ਹੋ ਗਿਆ। ਮਹਾਰਾਜ ਕਹਿੰਦੇ ਆ, ਲੱਖਾਂ ਨਹੀਂ ਅਸੰਖਾਂ ਨਹੀਂ ਬੇਗਿਣਤ, ਜਿਨ੍ਹਾਂ ਦੀ ਗਿਣਤੀ ਵੀ ਨਹੀਂ ਕੀਤੀ ਜਾ ਸਕਦੀ, ਇੰਨੇ ਲੋਕ ਉਹ ਖੱਪ ਮਰ ਗਏ ਜਿਨ੍ਹਾਂ ਨੇ ਮਾਫ਼ ਹੀ ਨਹੀਂ ਕੀਤਾ ਜੀ, ਹੈ ਨਾ। ਤੋ ਇਸ ਕਰਕੇ ਬਹੁਤ ਜ਼ਰੂਰੀ ਹੈ ਵੀ ਅਸੀਂ ਮਾਫ਼ ਕਰ ਦਈਏ। ਮਹਾਰਾਜ ਕਹਿੰਦੇ ਭਾਈ ਮਾਫ਼ ਕਰੋ, ਨਹੀਂ ਮਾਫ਼ ਕਰਦੇ ਤਾਂ ਇਵੇਂ ਉਲਝੇ ਰਹੋਗੇ, ਮਰ ਖੱਪ ਜਾਓਗੇ, ਅਸੰਖਾਂ ਹੀ ਲੋਕ ਮਰ ਖੱਪ ਗਏ ਇਹਦੇ ਵਿੱਚ, ਤੁਸੀਂ ਫਿਰ ਇਹਦੇ ਵਿੱਚ ਚਲ ਜਾਓਗੇ। ਮਾਫ਼ ਕਰਨਾ ਬਹੁਤ ਜ਼ਰੂਰੀ ਹੈ। ਸੋ ਮਾਫ਼ ਕਰਨਾ ਜਿਸਾ ਤੁਸੀਂ ਕਿਹਾ ਜ਼ਰੂਰੀ ਹੈ, ਪਰ ਜਿਹੜਾ ਵਿਅਕਤੀ ਵਾਰ ਵਾਰ ਤੁਹਾਡੇ ਨੂੰ ਨੀਵਾਂ ਦਿਖਾ ਰਿਹਾ ਜਾਂ ਤੁਹਾਡੇ ਨਾਲ ਕੋਈ ਵੈਰ ਕਮਾ ਰਿਹਾ, ਹਾਂਜੀ, ਉਸਨੂੰ ਵੀ ਤੁਸੀਂ ਮਾਫ਼ ਕਰੀ ਚੱਲੋ ਜੀ। ਹਾਂਜੀ, ਵਾਰ ਵਾਰ ਹੀ ਮਾਫ਼ ਕਰੀ ਜਾਓ। ਓਕੇ, ਕਿਉਂਕਿ ਮਾਫ਼ ਕਰਨ ਦੇ ਨਾਲ ਕੀ ਹੁੰਦਾ,
ਤੁਸੀਂ ਤਾਂ ਉਹਦੇ ਨਾਲ ਆਜ਼ਾਦ ਹੋ ਜਾਓਗੇ ਨਾ ਰਾਈਟ ਨਹੀਂ ਕਰਦੇ ਤੁਸੀਂ ਉਲਝੇ ਹੋਏ ਜਿਵੇਂ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਅਸੀਂ ਬਾਣੀ ਵਿੱਚੋਂ ਦੇਖਿਆ ਵੀ ਨਹੀਂ ਤਾਂ ਫਿਰ ਕਿੱਥੇ ਤੱਕ ਬਦਲਾ ਲੈਣ ਦੀ ਭਾਵਨਾ ਤੱਕ ਲੈਂਦਿਆਂ ਫਿਰ ਕਿੱਥੇ ਤੱਕ ਅਸੀਂ ਮਰ ਖੱਪ ਜਾਵਾਂਗੇ ਜਦੋਂ ਮਾਫ਼ ਕਰ ਦਿੰਦੇ ਹਾਂ ਉਹ ਆਪਣੇ ਕਰਮ ਵਿੱਚ ਉਲਝਿਆ ਹੋਇਆ ਅਗਰ ਉਹ ਗਲਤ ਕਰਮ ਕਰ ਰਿਹਾ ਪਰਮਾਤਮਾ ਦਾ ਸਿਸਟਮ ਉਹਦੇ 'ਤੇ ਲਾਗੂ ਹੋਵੇਗਾ ਉਹ ਉਲਝਿਆ ਹੋਇਆ ਆਪਣੇ ਕਰਮ ਵਿੱਚ ਲੇਕਿਨ ਤੁਸੀਂ ਹੋ ਗਏ ਉਹਦੇ ਨਾਲੋਂ ਆਜ਼ਾਦ ਤੁਸੀਂ ਹੋ ਗਏ ਉਹਦੇ ਨਾਲੋਂ ਮੁਕਤ ਤੁਸੀਂ ਆਪਣੇ ਆਪ ਨੂੰ ਆਪਣਾ ਕਰਮਿਕ ਅਕਾਊਂਟ ਉਹਦੇ ਨਾਲੋਂ ਕਲੋਜ਼ ਕਰ ਲਿਆ ਰਾਈਟ ਹੁਣ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਉਹਦੇ ਨਾਲ ਬੱਝੇ ਰਹਿਣਾ ਚਾਹੋਗੇ ਕਿ ਉਹਦੇ ਨਾਲੋਂ ਆਜ਼ਾਦ ਹੋਣਾ ਚਾਹੋਗੇ ਬਿਲਕੁਲ ਜੀ ਆਜ਼ਾਦ ਹੋਣਾ ਚਾਹੇਗਾ ਹਰ ਕੋਈ ਵਿਅਕਤੀ ਹਾਂ ਆਜ਼ਾਦ ਹੋਣਾ ਚਾਹਾਂਗੇ ਤਾਂ ਇਸ ਲਈ ਮਾਫ਼ ਕਰ ਦਿਓ ਔਰ ਪਰਿਵਾਰਾਂ ਵਿੱਚ ਵੀ ਕਈ ਵਾਰ ਅਸੀਂ ਮਾਫ਼ ਨਹੀਂ ਕਰਦੇ ਜੀ ਬਿਲਕੁਲ ਔਰ ਕਿਸੇ ਕੋਲ ਗਲਤੀ ਹੋ ਜਾਵੇ ਅਸੀਂ ਛੱਡਦੇ ਹੀ ਨਹੀਂ ਉਹਦਾ ਪਿੱਛਾ ਉਹਨੂੰ ਮਿਹਣੇ ਤਾਨੇ ਦੇਈ ਜਾਂਦੇ ਹਾਂ ਸੁਣਾਈ ਜਾਂਦੇ ਹਾਂ ਚਿਤਾਰੀ ਜਾਂਦੇ ਹਾਂ ਇੰਨਾ ਬੁਰਾ ਹਾਲ ਮਤਲਬ ਆਪਣੇ ਰਿਸ਼ਤੇ ਤੱਕ ਵੀ ਅਸੀਂ ਖਰਾਬ ਕਰਕੇ ਰੱਖ ਲੈਂਦੇ ਹਾਂ ਜੀ ਹੈ ਨਾ ਗੁਰੂ ਮਹਾਰਾਜ ਜੀ ਕਹਿੰਦੇ ਨੇ ਵੀ ਇਹ ਜਿਹੜਾ ਬੋਲੀ ਜਾਂਦੇ ਹੋ ਨਾ ਤੁਸੀਂ ਇਹ ਨਾ ਇਹਦੇ ਵਿੱਚ ਨਾ ਫਸਰੋ ਬੱਕੇ ਨਾ ਬੋਲੇ ਖੀਮਾ ਤਨ ਸੰਗ੍ਰਹਿ ਸੰਗ੍ਰਹਿ ਖੀਮਾ ਨੂੰ ਧਨ ਆਖ ਦਿੱਤਾ ਇੱਥੇ ਮਹਾਰਾਜ ਨੇ ਕਹਿੰਦੇ ਐਵੇਂ ਨਾ ਬੋਲੀ ਜਾਓ ਇਹ ਜਿਹੜਾ ਮਾਫ਼ ਕਰਨ ਦਾ ਧਨ ਇਕੱਠਾ ਕਰੋ ਤਾਮਸ ਨਾਮ ਜਲਾਏ ਧਨ ਗਿਰ ਹੀ ਸੰਨਿਆਸੀ ਜੋਗੀ ਜੇ ਹਰ ਚਰਨੀ ਚਿਤ ਲਾਏ ਮਹਾਰਾਜ ਕਹਿੰਦੇ ਚਾਹੇ ਉਹ ਜੋਗੀ ਹੈ ਚਾਹੇ ਸੰਨਿਆਸੀ ਆ ਚਾਹੇ ਗ੍ਰਹਿਸਥੀ ਆ ਜਿਹੜਾ ਮਾਫ਼ ਕਰ ਦਿੰਦਾ ਨਾ ਉਦੋਂ ਤਾਂ ਕਹਿਣੀ ਕੀ ਉਹ ਤਾਂ ਧੰਨ ਆ ਮਾਫ਼ ਕਿਵੇਂ ਕਰਦਾ ਉਹ ਨਾਮ ਦੀ ਅਗਨੀ ਦੇ ਵਿੱਚ ਇਹ ਸਾਰੀ ਨੈਗੇਟਿਵਿਟੀ ਨੂੰ ਜਲਾ ਦਿੰਦਾ ਮਤਲਬ ਪਰਮਾਤਮਾ ਨਾਲ ਆਪਣਾ ਕਨੈਕਸ਼ਨ ਜੋੜ ਲੈਂਦਾ ਤਾਂ ਮਾਫ਼ ਕਰਕੇ ਹੀ ਚੱਲਦਾ ਉਹ ਤਾਂ ਮਹਾਰਾਜ ਕਹਿੰਦੇ ਉਹ ਧੰਨ ਆ ਤਾਂ ਕਿਹਦੇ ਕੋਲ ਉਹਨੇ ਗਲਤੀ ਹੁੰਦੀ ਚਲੋ ਦੱਸੋ ਸਾਡੇ ਕੋਲ ਵੀ ਹੋ ਜਾਂਦੀ ਹੈ ਗੁਰੂ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਭਾਈ ਸਾਰਿਆਂ ਕੋਲ ਗਲਤੀਆਂ ਹੋ ਜਾਂਦੀਆਂ ਨੇ ਮਹਾਰਾਜ ਕਹਿੰਦੇ ਨੇ ਕਰ ਦਿਓ ਭਾਈ ਮਾਫ਼ ਜੋ ਮਾਫ਼ ਕਰ ਦੇਵਾਂਗੇ ਫਿਰ ਤੁਸੀਂ ਦੇਖੋ ਔਰ ਬਾਬਾ ਕਬੀਰ ਜੀ ਵੀ ਕਹਿੰਦੇ ਨੇ ਕਬੀਰਾ ਜਹਾਂ ਗਿਆਨ ਤਹਿ ਧਰਮ ਹੈ ਜਦ ਤੱਕ ਤੁਹਾਨੂੰ ਗਿਆਨ ਨਹੀਂ ਨਾ ਇਹ ਹੁਣ ਗੁਰਬਾਣੀ ਦਾ ਗਿਆਨ ਹੀ ਸਾਨੂੰ ਸਮਝਾਉਂਦਾ ਨਾ ਮਾਫ਼ ਕਰ ਦਿਓ ਧਰਮ ਸ਼ੁਰੂ ਹੀ ਉੱਥੋਂ ਹੁੰਦਾ ਜਹਾਂ ਗਿਆਨ ਤਾਂ ਧਰਮ ਹੈ ਜਹਾਂ ਝੂਠ ਤਾਂ ਪਾਪ ਅਗਰ ਤੁਸੀਂ ਜ਼ਿੰਦਗੀ ਝੂਠ ਬੋਲਦੇ ਹੋ ਸਮਝ ਲਓ ਤੁਸੀਂ ਪਾਪ ਦੇ ਰਸਤੇ 'ਤੇ ਚੱਲ ਰਹੇ ਹੋ ਜਹਾਂ ਲੋਭ ਤਹਿ ਕਾਲ ਹੈ ਲੋਭ ਵਿੱਚ ਫਸ ਗਏ ਮਾੜੇ ਕਰਮ ਕਰੂੰਗੇ ਲੋਭ ਦੇ ਕਾਰਨ ਫਿਰ ਕਾਲ ਦੇ ਚੱਕਰ ਵਿੱਚ ਫਸ ਗਏ ਜਹਾਂ ਖਿਮਾ ਤਹਿ ਆਪ ਜਿੱਥੇ ਮਾਫ਼ੀ ਉੱਥੇ ਹੀ ਪਰਮਾਤਮਾ ਹੈ ਠੀਕ ਸੋ ਮਾਫ਼ ਕਰ ਹੀ ਦੇਣਾ ਚਾਹੀਦਾ ਹੈ ਪਰ ਹੁਣ ਮੈਨੂੰ ਠੇਸ ਵੱਜਦੀ ਹੈ ਜੀ ਲੋਕ ਕੀ ਕਹਿਣਗੇ ਕਮਜ਼ੋਰ ਹੋ ਗਿਆ ਮੈਂ ਮੈਨੂੰ ਉਹ ਬਾਰ ਬਾਰ ਮੇਰੇ ਨਾਲ ਉਹ ਗਲਤ ਕਰ ਰਿਹਾ ਅਤੇ ਮੈਂ ਉਸਨੂੰ ਮਾਫ਼ ਕਰੀ ਜਾ ਰਿਹਾ ਇਹ ਬੜਾ ਵੱਡਾ ਇੱਕ ਸਾਡੇ 'ਚ ਅਵਗੁਣ ਹੈਗਾ ਕਿ ਹਾਂ ਬਾਣੀ ਤਾਂ ਅਸੀਂ ਜ਼ਰੂਰ ਪੜ੍ਹਦੇ ਹਾਂ ਪਤਾ ਵੀ ਹੈ ਕਿ ਖਿਮਾ ਕਰਨਾ ਬਹੁਤ ਜ਼ਰੂਰੀ ਹੈ ਲੇਕਿਨ ਉਸਦੇ ਬਾਵਜੂਦ ਇਹ ਅਡੋਪਟ ਨਹੀਂ ਹੁੰਦਾ ਅਤੇ ਅਸੀਂ ਉਸੀ ਚੱਕਰ ਵਿੱਚ ਫਿਰ ਫਸ ਕੇ ਵੈਰ ਵਿਰੋਧ ਦੇ ਉਸ ਗੇੜ ਵਿੱਚ ਪੈ ਜਾਂਦੇ ਹੈਗੇ ਆ ਕਿਵੇਂ ਉਹ ਸਟਰੈਂਥ ਆਪਣੇ ਵਿੱਚ ਉਹ ਸਟਰੋਂਗ ਬਣਾਈ ਜਾਏ ਜਿਹਦੇ ਨਾਲ ਕਿ ਮਾਫ਼ੀ ਦਾ ਇਹ ਜਿਹੜਾ ਕੋਨਸੈਪਟ ਜਿਹਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਹ ਸਟਰੋਂਗ ਹੋ ਸਕੇ ਦੇਖੋ ਖਿਮਾ ਕਰਨਾ ਕਮਜ਼ੋਰਾਂ ਦੀ ਨਿਸ਼ਾਨੀ ਨਹੀਂ ਤੁਸੀਂ ਕਹਿੰਦੇ ਹੋ ਵੀ ਲੱਗੇਗਾ ਵੀ ਇਹ ਤਾਂ ਕਮਜ਼ੋਰ ਹੋ ਗਿਆ ਇਹਨੇ ਮਾਫ਼ ਕਰ ਦਿੱਤਾ ਇਹ ਤਾਂ ਕਮਜ਼ੋਰਾਂ ਦਾ ਕੰਮ ਹੀ ਨਹੀਂ ਆ ਕਮਜ਼ੋਰ ਨੇ ਕੀ ਮਾਫ਼ ਕਰਨਾ ਉਹ ਤਾਂ ਫਸਿਆ ਉਹਦੇ ਵਿੱਚ ਉਲਝਿਆ ਸ਼ਾਂਤ ਪਰੇਸ਼ਾਨ ਨੈਗੇਟਿਵ ਜਲਸੀ ਵਿੱਚ ਫਿਰੂਗਾ ਬਦਲਾ ਲੈਣ ਦੀ ਭਾਵਨਾ 'ਚ ਫਿਰੂਗਾ ਇਹ ਮਾਫ਼ ਕਰਨਾ ਤਾਂ ਹੈ ਹੀ ਬਹਾਦਰਾਂ ਦਾ ਕੰਮ ਇਹ ਤਾਂ ਬੜੀ ਪਵਿੱਤਰ ਰੂਹਾਂ ਦਾ ਕੰਮ ਆ ਬੜੀਆਂ ਤਕੜੀਆਂ ਸ਼ਕਤੀਸ਼ਾਲੀ ਜਿਗਰੇ ਵਾਲੀਆਂ ਰੂਹਾਂ ਦਾ ਕੰਮ ਆ ਉਹੀ ਮਾਫ਼ ਕਰ ਸਕਦੇ ਆ ਹੈ ਨਾ ਇੱਥੇ ਗੱਲ ਆ ਜਾਂਦੀ ਜੀ ਕਿ ਜਦੋਂ ਧਾਰਮਿਕ ਸਾਡੇ ਆਗੂ ਦੇਖਦੇ ਹਾਂ ਅਸੀਂ ਦੁਨੀਆ ਭਰ ਦੀ ਹਿਸਟਰੀ ਜਦੋਂ ਪੜ੍ਹਦੇ ਹਾਂ ਜਾਂ ਗੁਰੂਆਂ ਦਾ ਹੀ ਸਮਾਂ ਅਸੀਂ ਦੇਖ ਲਈਏ ਤਾਂ ਗੁਰੂ ਨੇ ਵੀ ਤਲਵਾਰ ਉਠਾਈ ਤਾਂ ਉਹ ਇਹਦੇ ਬਾਰੇ ਫਿਰ ਇਹਨੂੰ ਕਿਵੇਂ ਅਸੀਂ ਕੋਰਲੇਟ ਕਰਾਂਗੇ ਹਾਂਜੀ ਗੁਰੂ ਸਾਹਿਬ ਨੇ ਤਲਵਾਰ ਉਠਾਈ ਜੀ ਕਿਉਂ ਉਠਾਈ ਪਹਿਲਾਂ ਇਸਨੂੰ ਅਸੀਂ ਅੱਛੀ ਤਰ੍ਹਾਂ ਸਮਝ ਲਈਏ ਦੇਖੋ ਗੁਰੂ ਮਹਾਰਾਜ ਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਿਸ਼ਨ ਦੇਖੋ ਕੀ ਹੈ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਿਸ਼ਨ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਰਬੱਤ ਦੇ ਭਲੇ ਦਾ ਮਿਸ਼ਨ ਆ ਹੁਣ ਜਿਹੜੇ ਸਤਿਗੁਰ ਦਾ ਮਿਸ਼ਨ ਹੀ ਸਰਬੱਤ ਦੇ ਭਲੇ ਦਾ ਆ ਅਗਰ ਉਹ ਗੁਰੂ ਨਾਨਕ ਦਾ ਘਰ ਤਲਵਾਰ ਉਠਾਉਂਦਾ ਤਾਂ ਇਹਦਾ ਮਤਲਬ ਉਹਦੇ 'ਚ ਕੋਈ ਨਾ ਕੋਈ ਕਲਿਆਣ ਛੁਪਿਆ ਹੋਊਗਾ ਹੈ ਨਾ ਬਿਨਾਂ ਕਾਰਨ ਨਹੀਂ ਤਲਵਾਰ ਜਿਹੜੀ ਸਤਿਗੁਰਾਂ ਨੇ ਉਠਾਈ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ ਤਾਂ ਇੰਨਾ ਕੁ ਮਾਫ਼ ਕਰਦਾ ਰਿਹਾ ਇੰਨਾ ਕੁ ਮਾਫ਼ ਕਰਦਾ ਰਿਹਾ ਅਗਰ ਅਸੀਂ ਇਤਿਹਾਸ ਦੇ ਵਿੱਚੋਂ ਦਰਸ਼ਨ ਕਰੀਏ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਜਦੋਂ ਵਿਚਰੇ ਨੇ ਸੰਸਾਰ ਦੇ ਵਿੱਚ ਸੰਸਾਰ ਦਾ ਕਲਿਆਣ ਕਰਨ ਦੇ ਲਈ ਕਿੰਨਿਆਂ ਨੇ ਸਤਿਗੁਰਾਂ ਦਾ ਵਿਰੋਧ ਕੀਤਾ ਜੀ ਪੱਥਰ ਤੱਕ ਮਾਰੇ ਗਏ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਕੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਨਾਂ ਕੋਲੋਂ ਬਦਲਾ ਲਿਆ ਕੋਈ ਉਹਨਾਂ ਨੂੰ ਮਾਫ਼ ਹੀ ਕੀਤਾ ਨਾ ਸਾਰਿਆਂ ਨੂੰ ਈਵਨ ਜਿਹੜੇ ਸਤਿਗੁਰ ਦੀ ਜਾਨ ਤੱਕ ਵੀ ਲੈਣ ਲਈ ਆ ਗਏ ਸੱਜਣ ਠੱਗ ਉਹ ਮਾਰਨਾ ਹੀ ਚਾਹੁੰਦਾ ਸੀ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਮਹਾਰਾਜ ਨੇ ਉਹਨੂੰ ਮਾਫ਼ ਕਰ ਦਿੱਤਾ ਔਰ ਉਹਨੂੰ ਸੱਚ ਦੇ ਮਾਰਗ 'ਤੇ ਤੋਰ ਦਿੱਤਾ ਇਹ ਨਹੀਂ ਉਹਨੂੰ ਵੀ ਅਸੀਂ ਮਾਰੀਏ ਉਹਦੇ ਕੋਲ ਵੀ ਬਦਲਾ ਲਈਏ ਨਹੀਂ ਨਹੀਂ ਮਹਾਰਾਜ ਜੀ ਨੂੰ ਜਾਣਦੇ ਸਨ ਇਹ ਤਾਂ ਰੋਗੀ ਨੇ ਇਹ ਤਾਂ ਬਿਮਾਰ ਨੇ ਇਹ ਤਾਂ ਮੈਲਾਂ ਨਾਲ ਭਰੇ ਪਏ ਨੇ
ਭਾਈ ਇਹ ਕਮਜ਼ੋਰ ਮਨ ਹੀ ਜਿਹੜਾ ਅੰਦਰ ਬਦਲਾ ਲੈਂਦਾ ਕਿਸੇ ਨੂੰ ਮਾਰਨਾ ਚਾਹੁੰਦਾ, ਕਿਸੇ ਨੂੰ ਨੁਕਸਾਨ ਕਰਨਾ ਚਾਹੁੰਦਾ, ਸੋ ਗੁਰੂ ਮਹਾਰਾਜ ਨੇ ਉਹਨਾਂ ਦਾ ਵੀ ਕਲਿਆਣ ਕਰ ਦਿੱਤਾ। ਚਾਹੇ ਕੌਡਾ ਰਾਕਸ਼ਸ ਸੀ, ਚਾਹੇ ਬਲੀ ਕੰਧਾਰੀ ਸੀ, ਚਾਹੇ ਉਹ ਜਾਦੂਗਰਨੀ ਨੂਰ ਸ਼ਾਹ ਸੀਗੀ, ਤਾਂ ਮਹਾਰਾਜ ਜੀ ਨੇ ਸਾਰਿਆਂ ਦਾ ਕਲਿਆਣ ਹੀ ਕੀਤਾ। ਹੁਣ ਅਗਰ ਅਸੀਂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਲੈ ਲਈਏ, ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਤਾਂ ਜਦੋਂ ਖਡੂਰ ਸਾਹਿਬ ਬੈਠੇ ਨੇ ਸਤ ਸੰਗਤਾਂ ਦਾ ਕਲਿਆਣ ਕਰ ਰਹੇ ਨੇ, ਤਾਂ ਚਰਨਾਂ ਵਿੱਚ ਸੰਗਤਾਂ ਆਈਆਂ। ਸੰਗਤਾਂ ਨੇ ਕਿਹਾ ਮਹਾਰਾਜ ਜੀ ਤੁਸੀਂ ਖਡੂਰ ਸਾਹਿਬ ਛੱਡ ਕੇ ਇੱਥੋਂ ਚਲੇ ਜਾਓ। ਮਹਾਰਾਜ ਨੇ ਪੁੱਛਿਆ ਭਾਈ ਕਿਉਂ? ਕਹਿੰਦੇ ਮਹਾਰਾਜ ਜੀ ਵੀ ਤੁਸੀਂ ਅਗਰ ਛੱਡ ਕੇ ਚਲ ਜਾਓਗੇ ਨਾ ਤਾਂ ਇੱਥੇ ਬਾਰਿਸ਼ ਹੋਏਗੀ। ਉਹਨਾਂ ਨੂੰ ਕਿਸੇ ਸਾਧ ਨੇ ਕਹਿ ਦਿੱਤਾ ਸੀ, ਉਹ ਈਰਸ਼ਾ ਕਰਦਾ ਸੀ ਮਹਾਰਾਜ ਦੇ ਕੋਲੋਂ ਵੀ ਤੁਸੀਂ ਭਾਈ ਆਪਣੇ ਗੁਰੂ ਨੂੰ ਕਹੋ ਇੱਥੋਂ ਛੱਡ ਕੇ ਚਲ ਜਾਏ ਤਾਂ ਬਾਰਿਸ਼ ਹੋ ਜਾਏਗੀ। ਤੋ ਗੁਰੂ ਮਹਾਰਾਜ ਨੇ ਜਦੋਂ ਸੰਗਤਾਂ ਨੇ ਬੇਨਤੀ ਕੀਤੀ, ਔਰ ਕਿੰਨੀ ਵੱਡੀ ਮਹਾਰਾਜ ਦੇ ਅੰਦਰ ਦਿਆਲਤਾ, ਪਰਉਪਕਾਰੀ ਕਿੰਨੇ ਨੇ, ਕਿਹਾ ਚੰਗਾ ਭਾਈ ਅਗਰ ਸਾਡੇ ਜਾਣ ਦੇ ਨਾਲ ਬਾਰਿਸ਼ ਹੋ ਜਾਊਗੀ ਅਸੀਂ ਜ਼ਰੂਰ ਚਲੇ ਜਾਂਦੇ ਹਾਂ। ਆਪਣਾ ਟਿਕਾਣਾ, ਆਪਣਾ ਸਥਾਨ ਮਹਾਰਾਜ ਜੀ ਛੱਡ ਕੇ ਉਸੇ ਵੇਲੇ ਖਡੂਰ ਸਾਹਿਬ ਤੋਂ ਚਲੇ ਗਏ ਜੀ। ਔਰ ਬਾਰਿਸ਼ ਹੋਈ ਨਹੀਂ, ਕਿਉਂਕਿ ਉਹ ਪਖੰਡੀ ਸਾਹਿਬ ਤਾਂ ਝੂਠ ਬੋਲਦਾ ਸੀ, ਉਹ ਸਤਿਗੁਰਾਂ ਤੋਂ ਜਲਸੀ ਕਰਦਾ ਸੀਗਾ। ਸੰਗਤਾਂ ਨੇ ਜਦੋਂ ਦੇਖਿਆ ਬਾਰਿਸ਼ ਤਾਂ ਹੋਈ ਨਹੀਂ, ਸਤਿਗੁਰਾਂ ਦੇ ਸੀ ਠੰਡ ਮੰਨਦੇ ਸੀ, ਫਿਰ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਗਈਆਂ, ਜਾ ਕੇ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਪਲੀਜ਼ ਸੜਕੋਂ ਭੁੱਲ ਹੋ ਗਈ, ਸਾਡੇ ਨਾਲ ਚੱਲੋ। ਮਹਾਰਾਜ ਨੇ ਉਹਨਾਂ ਨੂੰ ਕੁਛ ਵੀ ਨਹੀਂ ਚਿਤਾਰਿਆ, ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਫਿਰ ਮਹਾਰਾਜ ਜੀ ਨਾਲ ਆ ਗਏ। ਹੈ ਨਾ, ਤੋ ਕਿੰਨੇ ਦਿਆਲੂ ਕਿਰਪਾਲੂ, ਮਾਫ਼ ਕਰਦੇ ਨੇ, ਗੁਰੂ ਨਾਨਕ ਦਾ ਘਰ ਜਿਹੜਾ ਮਾਫ਼ ਹੀ ਕਰ ਰਿਹਾ ਹੈ। ਸੋ ਫੋਰਗਿਵਨੈਸ ਕਰਨੀ, ਇਹ ਇੱਕ ਬਹੁਤ ਵੱਡਾ ਜਿਹੜਾ ਯੋਧਾ ਹੈਗਾ ਉਹੀ ਕਰ ਸਕਦਾ, ਕਮਜ਼ੋਰ ਵਿਅਕਤੀ ਨਹੀਂ ਕਰ ਸਕਦਾ, ਬਲਕਿ ਆਪੋਜ਼ਿਟ ਹੈਗਾ ਜਿਹੜਾ ਅਸੀਂ ਸੋਚਦੇ ਹੈਗੇ। ਹਾਂਜੀ, ਲੇਕਿਨ ਭੈਣ ਜੀ ਇੱਕ ਬ੍ਰੇਕ ਵਾਪਸ ਆ ਕੇ ਬੀਬੀ ਜੀ ਤੁਹਾਡੇ ਤੋਂ ਜਾਣਕਾਰੀ ਲੈਣੀ ਹੈ ਕਿ ਕਿਸ ਤਰ੍ਹਾਂ ਇਹ ਭਾਵ ਘਰਾਂ ਦੇ ਵਿੱਚ ਜਿਹੜਾ ਹੈਗਾ ਇਹ ਅਸੀਂ ਅਡੋਪਟ ਕਰ ਸਕੀਏ, ਕਿਉਂਕਿ ਅੱਜ ਇਹ ਤਾਂ ਸਦੀਆਂ ਤੋਂ ਅਸੀਂ ਸੁਣਦੇ ਆ ਰਹੇ ਹਾਂ ਸੱਸ ਨੂੰਹ ਦੀ ਲੜਾਈ, ਪਰ ਅੱਜ ਘਰਾਂ ਦੇ ਘਰ ਜਿਹੜੇ ਨੇ ਟੁੱਟ ਰਹੇ ਹੈਗੇ ਨੇ, ਕਿਉਂਕਿ ਇੱਕ ਪ੍ਰੋਬਲਮ ਕਰਕੇ ਉਸਨੂੰ ਇੰਨਾ ਵਧਾ ਲਿਆ ਜਾਂਦਾ ਹੈ ਕਿ ਬਜਾਏ ਕਿ ਉਸਨੂੰ ਸਮਾਪਤ ਕੀਤਾ ਜਾਏ, ਪੀੜ੍ਹੀਆਂ ਦਰ ਪੀੜ੍ਹੀਆਂ ਜਿਹੜੀਆਂ ਹੈਗੀਆਂ ਨੇ ਇੱਕ ਦੂਸਰੇ ਤੋਂ ਦੂਰ ਹੋ ਰਹੀਆਂ ਨੇ, ਅੱਜ ਸਾਖ ਸੰਬੰਧੀ ਭੈਣ ਭਰਾਵਾਂ ਦੇ ਵਿੱਚ ਵਿਰੋਧ ਵੱਧਦਾ ਜਾ ਰਿਹਾ, ਕਿਸ ਤਰ੍ਹਾਂ ਇਸ ਭਾਵ ਨੂੰ ਅਸੀਂ ਅਡੋਪਟ ਕਰਕੇ ਇਹਨਾਂ ਚੀਜ਼ਾਂ ਨੂੰ ਅਡੋਪਟ ਕਰਕੇ ਜੀਵਨ ਵਿੱਚ ਸੁੱਖ ਲਿਆ ਸਕਦੇ ਹਾਂ, ਇਸ ਬਾਰੇ ਜਾਣਕਾਰੀ ਲੈਂਦੇ ਹਾਂ ਇਸ ਬ੍ਰੇਕ ਤੋਂ ਬਾਅਦ। ਜਦ ਵੀ ਤੁਸੀਂ ਨੌਰਥ ਅਮਰੀਕਾ ਦੇ ਸਭ ਤੋਂ ਵੱਡੇ ਕੱਪੜਿਆਂ ਦੇ ਸਟੋਰ 'ਤੇ ਆਉਂਦੇ ਹੋ ਤਾਂ ਰੋਸ਼ਨ ਅਰੋੜਾ ਅਤੇ ਸੁਭਾਸ਼ ਚੰਦਰ ਤੁਹਾਡਾ ਖਿੜੇ ਮੱਥੇ ਸਵਾਗਤ ਕਰਦੇ ਹਨ। ਪੰਜਾਬ ਕਲੌਥ ਹਾਊਸ ਵਿੱਚ ਤੁਹਾਨੂੰ ਮਿਲਦੇ ਹਨ ਵਾਜਿਬ ਕੀਮਤਾਂ 'ਤੇ ਟੌਪ ਕੁਆਲਿਟੀ ਦੇ ਫੈਬਰਿਕਸ ਅਤੇ ਰੈਡੀਮੇਡ ਗਾਰਮੈਂਟਸ, ਲੇਡੀਜ਼ ਜੈਂਟਸ ਅਤੇ ਬੱਚਿਆਂ ਦੇ ਕੱਪੜੇ ਭਾਰਤ ਤੋਂ ਇਲਾਵਾ ਜਪਾਨ, ਪਾਕਿਸਤਾਨ, ਕੋਰੀਆ, ਚਾਈਨਾ, ਯੂਰਪ ਅਤੇ ਇੰਡੋਨੇਸ਼ੀਆ ਤੋਂ ਮੰਗਵਾਉਂਦੇ ਹਨ। ਮਾਲਕਾਂ ਦੇ 4 ਦਹਾਕਿਆਂ ਦੇ ਐਕਸਪੀਰੀਅੰਸ ਦਾ ਫਾਇਦਾ ਲਓ ਅਤੇ ਉੱਚ ਕੁਆਲਿਟੀ ਦਾ ਸਮਾਨ ਘੱਟ ਘੱਟ ਕੀਮਤਾਂ 'ਤੇ ਖਰੀਦੋ। ਅੱਜ ਹੀ ਆਓ ਪੰਜਾਬ ਕਲੌਥ ਹਾਊਸ। ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਬ੍ਰੇਕ ਤੋਂ ਪਹਿਲਾਂ ਬੀਬੀ ਬਲਜੀਤ ਕੌਰ ਖਾਲਸਾ ਜੀ ਸਾਨੂੰ ਦੱਸ ਰਹੇ ਸੀ ਕਿ ਕੀ ਇੰਪੋਰਟੈਂਸ ਹੈ ਫੋਰਗਿਵਨੈਸ ਦੀ, ਕਿਉਂ ਸਾਨੂੰ ਇਹ ਗੁਣ ਜਿਹੜਾ ਅਡੋਪਟ ਕਰਨ ਦੀ ਲੋੜ ਹੈ। ਪਰ ਨਾਲ ਹੀ ਜੇਕਰ ਅਸੀਂ ਇਹ ਜਿਸ ਤਰ੍ਹਾਂ ਭੈਣ ਜੀ ਨੇ ਦੱਸਿਆ ਸਾਨੂੰ ਬ੍ਰੇਕ ਤੋਂ ਪਹਿਲਾਂ ਕਿ ਇੱਕ ਕਾਵੜ ਜਿਹੜਾ ਹੈ, ਡਰਪੋਕ ਜਿਹੜਾ ਹੈਗਾ, ਕਮਜ਼ੋਰ ਵਿਅਕਤੀ ਜਿਹੜਾ ਹੈ ਉਹ ਮਾਫ਼ੀ ਨਹੀਂ ਦੇ ਸਕਦਾ, ਪਰ ਉਹ ਯੋਧਾ ਹੀ ਹੈ ਜਿਹੜਾ ਕਿ ਕਿਸੇ ਨੂੰ ਮਾਫ਼ ਕਰ ਸਕਦਾ। ਜੇ ਇਹ ਕੌਨਸੈਪਟ ਤਾਂ ਅਸੀਂ ਆਪਣੇ ਗੁਰੂ ਨੂੰ ਯੋਧੇ ਮੰਨੇ ਹਾਂ, ਉਹਨਾਂ ਨੇ ਤਲਵਾਰਾਂ ਕਿਉਂ ਚੁੱਕੀਆਂ, ਇਹ ਇੱਕ ਸਵਾਲ ਜਿਹੜਾ ਖੜਾ ਹੁੰਦਾ ਜਿਸ ਬਾਰੇ ਬ੍ਰੇਕ ਤੋਂ ਪਹਿਲਾਂ ਵੀ ਚਰਚਾ ਚੱਲ ਰਹੀ ਸੀ, ਆਓ ਉਸੇ ਵਿੱਚ ਮੁੜ ਤੋਂ ਜੁੜਦੇ ਹਾਂ। ਅਤੇ ਨਾਲ ਹੀ ਕਿਉਂ ਇਹ ਭਾਵ ਜਿਹੜਾ ਅਸੀਂ ਆਪਣੇ ਘਰਾਂ ਵਿੱਚ ਅਡੋਪਟ ਕਰਨਾ ਹੈ ਜਿਸ ਨਾਲ ਕਿ ਅਸੀਂ ਘਰਾਂ ਦੇ ਵਿੱਚ ਸੁਖੀ ਹੋ ਸਕਦੇ ਹਾਂ, ਇਸ ਬਾਰੇ ਜਾਣਕਾਰੀ ਲੈਂਦੇ ਹਾਂ ਜੀ। ਹਾਂਜੀ, ਜਿਵੇਂ ਆਪਣੇ ਗੁਰੂ ਸਾਹਿਬ ਦੇ ਚੱਲ ਰਿਹਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਮਿਸ਼ਨ ਹੈਗਾ ਸਰਬੱਤ ਦਾ ਭਲਾ ਕਰਨਾ, ਰਾਈਟ? ਤੋ ਗੁਰੂ ਨਾਨਕ ਦੇਵ ਜੀ ਨੂੰ ਜਿਹੜੇ ਕੋਈ ਮਾਰਨ ਆਏ ਉਹਨਾਂ ਦਾ ਵੀ ਉਹਨਾਂ ਨੇ ਭਲਾ ਕਰ ਦਿੱਤਾ, ਰਾਈਟ, ਮਾਫ਼ ਕੀਤਾ। ਗੁਰੂ ਅੰਗਦ ਦੇਵ ਜੀ ਦਾ ਅਗਰ ਕਿਸੇ ਨੇ ਵਿਰੋਧ ਕੀਤਾ ਮਾਰੇ ਨੇ, ਉਹਨਾਂ ਨੂੰ ਵੀ ਮਾਫ਼ ਕੀਤਾ, ਉਹਨਾਂ ਦਾ ਭਲਾ ਹੀ ਕੀਤਾ ਜੀ। ਹੁਣ ਇਵੇਂ ਅਸੀਂ ਗੁਰੂ ਨਾਨਕ ਦੇ ਘਰ ਵਿੱਚ ਚੱਲਦੇ ਜਾਈਏ, 7ਵੇਂ ਪਾਤਸ਼ਾਹ ਵੇਲੇ ਪਹੁੰਚੀਏ, ਤੋ ਜਿਹੜਾ ਸ਼ਾਹਜਹਾਂ ਗੁਰੂ ਨਾਨਕ ਦੇ ਘਰ ਦੇ ਉੱਤੇ ਤਲਵਾਰਾਂ ਚੱਕੀਆਂ ਦਾ, ਅਗਰ ਉਹਦਾ ਆਪਣਾ ਹੀ ਪੁੱਤਰ ਦਾਰਾ ਸ਼ਿਕੋਹ ਬਹੁਤ ਜ਼ਿਆਦਾ ਬਿਮਾਰ ਹੋ ਗਿਆ, ਉਹਨੂੰ ਕਿਤਿਓਂ ਵੀ ਉਹ ਜੜੀ ਬੂਟੀਆਂ ਨਹੀਂ ਮਿਲ ਰਹੀਆਂ ਉਹਦੇ ਇਲਾਜ ਦੇ ਲਈ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਘਰ 7ਵੇਂ ਪਾਤਸ਼ਾਹੀ ਧੰਨ ਧੰਨ ਸ਼੍ਰੀ ਗੁਰੂ ਹਰਿਰਾਜ ਸਾਹਿਬ ਜੀ ਆਪਣੇ ਦਵਾਖਾਨੇ ਦੇ ਵਿੱਚੋਂ ਉਹਦੇ ਪੁੱਤਰ ਲਈ ਜੜੀ ਬੂਟੀਆਂ ਭੇਜ ਰਹੇ ਨੇ। ਉਹ ਤਾਂ ਤਲਵਾਰਾਂ ਚੱਕ ਰਹੇ ਨੇ ਗੁਰੂ ਨਾਨਕ ਦੇ ਘਰ 'ਤੇ, ਔਰ ਗੁਰੂ ਨਾਨਕ ਦਾ ਘਰ ਉਹਨਾਂ ਲਈ ਜੜੀ ਬੂਟੀਆਂ ਭੇਜ ਰਿਹਾ, ਭਾਈ ਇਹਦਾ ਪੁੱਤਰ ਜਿਹੜਾ ਉਹ ਠੀਕ ਹੋ ਜਾਵੇ। ਤੁਸੀਂ ਦੇਖੋ ਵੀ ਇਹ ਕਿੰਨਾ ਕੁ ਮਹਾਰਾਜ ਦਾ ਜਿਹੜੀ ਦਿਆਲਤਾ ਹੈ। ਅਗਰ ਆਪਾਂ ਗੱਲ ਕਰਦੇ ਨਾ ਤਲਵਾਰ, ਐਵੇਂ ਨਹੀਂ ਉਠਾਈ ਤਲਵਾਰ, ਪਹਿਲਾਂ ਦੇਖੋ 5ਵੇਂ ਜੰਮੇ ਵਿੱਚ ਵੀ 5ਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਤਿਗੁਰ ਸੱਚੇ ਪਾਤਸ਼ਾਹ ਨੇ ਤੱਤੀਆਂ ਤਵੀਆਂ ਉੱਤੇ ਬੈਠ ਕੇ ਪਹਿਲਾਂ ਸਹਿਣ ਕਰਨਾ ਸਾਨੂੰ ਸਿਖਾਇਆ, ਵੀ ਜਦੋਂ ਹੱਦ ਹੀ ਹੋ ਜਾਵੇ, ਕੋਈ ਚਾਰਾ ਹੀ ਨਾ ਚੱਲੇ, ਆਪਣੀ ਕੁਰਬਾਨੀ ਤੱਕ ਵੀ ਦੇ ਦਿੱਤੀ, ਇਹ ਜ਼ਲਮ ਸਰਕਾਰ ਟਸ ਤੋਂ ਮਸਤ ਨਹੀਂ ਹੋ ਰਹੀ,
ਫਿਰ ਛੇਵੇਂ ਜਾਮੇ ਵਿੱਚ ਮੀਰੀ ਪੀਰੀ ਦੇ ਮਾਲਕ ਸਾਹਿਬ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਨਾਨਕ ਦੇ ਘਰ ਨੇ ਫਿਰ ਜਾ ਕੇ ਤਲਵਾਰ ਉਠਾਈ ਹੈ। ਠੀਕ, ਇਵੇਂ ਹੀ ਅਸੀਂ ਅਗਰ ਦਸਮ ਪਾਤਸ਼ਾਹ ਮਹਾਰਾਜ ਦੀ ਗੱਲ ਕਰੀਏ, ਪਹਿਲਾਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦਿੱਤੀ ਦਿੱਲੀ ਚਾਂਦਨੀ ਚੌਂਕ ਵਿੱਚ ਜੀ। ਔਰ ਕਮਾਲ ਦੀ ਗੱਲ ਕੀ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣੇ ਪਿਤਾ ਜੀ ਨੂੰ ਤੋਰਿਆ। ਠੀਕ, ਆਪਣੇ ਘਰ ਤਾਂ ਬੜੇ ਚੈਨ ਆਨੰਦ ਨਾਲ ਸੀ, ਸਤਿਗੁਰ ਪਿਤਾ ਜੀ ਸੀ, ਠੰਡੀਆਂ ਛਾਵਾਂ ਦੇਣ ਵਾਲੇ ਲੋਕ ਪਰ ਲੋਕ ਦੇ ਦਾਤੇ। ਇਹੋ ਜਿਹੇ ਪਿਤਾ ਨੂੰ ਮਾਨਵਤਾ ਦੇ ਕਲਿਆਣ ਦੇ ਲਈ ਵਾਰ ਦੇਣਾ ਛੋਟੀ ਖੇਡ ਨਹੀਂ। ਔਰੰਗਜ਼ੇਬ ਤੁਲਿਆ ਸੀ ਵੀ ਮੈਂ ਸਾਰੇ ਹਿੰਦੂ ਮੁਸਲਮਾਨ ਬਣਾ ਦੇਣੇ ਨੇ, ਸੋ ਉਹਨਾਂ ਦੀ ਰੱਖਿਆ ਕਰਨ ਦੇ ਲਈ ਗੁਰੂ ਮਹਾਰਾਜ ਜੀ ਨੇ ਆਪਣੇ ਪਿਤਾ ਨੂੰ ਵਾਰ ਕੇ ਰੱਖ ਦਿੱਤਾ। ਜਦੋਂ ਹੁਣ ਗੁਰੂ ਮਹਾਰਾਜ ਨੇ ਦੇਖਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵੀ ਪੰਜਵੇਂ ਜਾਮੇ ਵਿੱਚ ਵੀ ਗੁਰੂ ਨਾਨਕ ਦੇ ਘਰ ਨੇ ਤੱਤੀਆਂ ਤਵੀਆਂ ਉੱਤੇ ਬੈਠ ਕੇ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਸ਼ਹੀਦੀ ਦਿੱਤੀ ਜੀ, ਔਰ ਨੌਵੇਂ ਜਾਮੇ ਵਿੱਚ ਵੀ ਬੜੇ ਸ਼ਾਂਤਮਈ ਤਰੀਕੇ ਨਾਲ ਆਪਣੀ ਸ਼ਹੀਦੀ ਦਿੱਤੀ। ਇਹ ਜ਼ੁਲਮ ਸਰਕਾਰ ਤਾਂ ਟਸ ਤੋਂ ਮਸ ਨਹੀਂ ਹੋ ਰਹੀ, ਹੁਣ ਫਿਰ ਇਹ ਜ਼ੁਲਮ ਜਦੋਂ ਕੋਈ ਹੀਲਾ ਹੀ ਨਹੀਂ ਚੱਲ ਰਿਹਾ, ਹੁਣ ਇਹ ਫਿਰ ਜ਼ੁਲਮ ਦਾ ਨਾਸ ਜਿਹੜਾ ਆ ਤਲਵਾਰ ਉਠਾ ਕੇ ਹੀ ਕਰਨਾ ਪਵੇਗਾ। ਫਿਰ ਮਹਾਰਾਜ ਨੇ ਜਾ ਕੇ ਤਲਵਾਰ ਉਠਾਈ, ਚੂੰਕਾਰ ਅਜ਼ਮਾ ਹਿਲ ਤੇ ਦਰਗੁਜ਼ਸ਼ਤ ਹਲਾਲ ਅਸਤ ਵਰਦਨ ਬਾ ਸ਼ਮਸ਼ੀਰ ਅਸਤ। ਫਿਰ ਮਹਾਰਾਜ ਨੇ ਜਾ ਕੇ ਤਲਵਾਰ ਉਠਾਈ, ਉਹਨੂੰ ਵੀ ਅਸੀਂ ਸਮਝੀਏ, ਮਹਾਰਾਜ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ, ਕਿਸੇ ਦੇ ਵਿਰੋਧੀ ਨਹੀਂ। ਜੰਗੇ ਮੈਦਾਨ ਵਿੱਚ ਜਦੋਂ ਜੰਗ ਚੱਲ ਰਹੀ ਹੈ, ਸਤਿਗੁਰਾਂ ਦੇ ਚਰਨਾਂ ਦੇ ਅਨੰਨ ਸਿੱਖ ਭਾਈ ਸਾਹਿਬ ਭਾਈ ਘਨੱਈਆ ਜੀ ਉਹ ਦੁਸ਼ਮਣਾਂ ਨੂੰ ਜਾ ਕੇ ਪਾਣੀ ਪਿਲਾ ਰਹੇ ਨੇ। ਜਦੋਂ ਮਹਾਰਾਜ ਦੇ ਕੋਲ ਪਹੁੰਚੇ, ਪੁੱਛਿਆ ਮਹਾਰਾਜ ਜੀ ਨੇ, ਸਿੱਖਾਂ ਨੇ ਕਿਹਾ ਮਹਾਰਾਜ ਜੀ ਅਸੀਂ ਤਾਂ ਫੱਟੜ ਕੱਢ ਕਰਕੇ ਸੁੱਟ ਕੇ ਆਉਂਦੇ ਹਾਂ, ਉਹਨਾਂ ਨੂੰ ਪਾਣੀ ਪਿਲਾਈ ਜਾਂਦੇ ਨੇ। ਮਹਾਰਾਜ ਨੂੰ ਬੁਲਾਇਆ ਬੜੇ ਪ੍ਰੇਮ ਦੇ ਨਾਲ, ਗੁਰੂ ਮਹਾਰਾਜ ਨੇ ਅੱਗੋਂ ਮਰਮ ਪੱਟੀਆਂ ਵੀ ਦੇ ਦਿੱਤੀਆਂ, ਲਓ ਭਾਈ ਤੁਸੀਂ ਜ਼ਖਮੀਆਂ ਦੇ ਉਹ ਵੀ ਕਰੋ, ਕਿਉਂਕਿ ਉਹ ਵੀ ਹੈ ਹੀ ਸਾਡੇ ਹੀ ਨੇ ਸਾਰੇ। ਮਹਾਰਾਜ ਦਾ ਕਿਸੇ ਨਾਲ ਵਿਰੋਧ ਨਹੀਂ, ਸਿਰਫ਼ ਔਰ ਸਿਰਫ਼ ਜ਼ੁਲਮ ਨੂੰ, ਇੱਕ ਬਿਮਾਰੀ ਨੂੰ ਉਹ ਖਤਮ ਕਰਨਾ ਚਾਹੁੰਦੇ ਸਨ। ਜਿਵੇਂ ਅਸੀਂ ਸੰਸਾਰਿਕ ਆਪਣੀ ਭਾਸ਼ਾ ਵਿੱਚ ਲਈਏ ਨਾ, ਇੱਕ ਸੰਸਾਰਿਕ ਡਾਕਟਰ, ਉਹਦਾ ਚਲੋ ਡਾਇਬਟੀਜ਼ ਦਾ ਅਸੀਂ ਪੇਸ਼ੈਂਟ ਲੈ ਲਈਏ, ਉਹ ਬਿਮਾਰ ਹੁੰਦਾ ਅਤੇ ਉਹਨੂੰ ਮੈਡੀਸਨ ਦਿੰਦਾ ਵੀ ਇਹਦਾ ਇਲਾਜ ਹੋ ਜਾਵੇ। ਕਈ ਵਾਰ ਉਹਦੀ ਡਾਇਬਟੀਜ਼ ਇੰਨੀ ਵੱਧ ਜਾਂਦੀ, ਉਹਦਾ ਸਰੀਰ ਗਲਣ ਲੱਗ ਜਾਂਦਾ, ਜ਼ਹਿਰ ਇੰਨੀ ਫੈਲ ਜਾਂਦੀ ਹੈ, ਫਿਰ ਡਾਕਟਰ ਕਹਿੰਦਾ ਭਾਈ ਇਹਦਾ ਮੈਨੂੰ ਪੈਰ ਕੱਟਣਾ ਪੈਣਾ। ਠੀਕ, ਉਹ ਪੈਰ ਕੱਟਦਾ ਵੀ ਸਰਜਰੀ ਕਰਕੇ, ਤਾਂ ਅਸੀਂ ਕਹਿੰਦੇ ਵੀ ਦੇਖੋ ਡਾਕਟਰ ਕਿੰਨਾ ਵਧੀਆ, ਇੱਕ ਪੈਰ ਕੱਟ ਕੇ ਪੂਰੀ ਬੋਡੀ ਵਿੱਚ ਜ਼ਹਿਰ ਫੈਲਣ ਤੋਂ ਇਹਨੇ ਨੂੰ ਬਚਾ ਲਈ ਬਾਕੀ ਬੋਡੀ ਨੂੰ। ਇਵੇਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਉਹ ਜਿਹੜੇ ਗੰਦਗੀ ਫੈਲਾ ਰਹੇ ਸਨ ਸਮਾਜ ਦੇ ਵਿੱਚ, ਸੁਸਾਇਟੀ ਵਿੱਚ, ਵੀ ਸਾਡਾ ਹੀ ਧਰਮ ਚੱਲੇ, ਬਾਕੀਆਂ ਨੂੰ ਜੀਣ ਨਹੀਂ ਸਨ ਦੇ ਰਹੇ ਆਪਣੇ ਅਧਿਕਾਰਾਂ ਦੇ ਨਾਲ, ਉਹ ਗੁਰੂ ਮਹਾਰਾਜ ਨੇ ਉਹ ਗੰਦਗੀ ਨੂੰ ਸਾਫ਼ ਕਰਨ ਦੇ ਲਈ ਜਿਹੜੀ ਤਲਵਾਰ ਉਠਾਈ ਹੈ। ਮਹਾਰਾਜ ਤਾਂ ਕਿੰਨੇ ਦਿਆਲੂ, ਆਪਣੇ ਪਿਤਾ ਨੂੰ ਜਿਹਨੇ ਵਾਰ ਦਿੱਤਾ, ਠੰਡੀਆਂ ਛਾਵਾਂ ਦੇਣ ਵਾਲੇ ਪਿਤਾ ਸਤਿਗੁਰੂ ਜੀ ਨੂੰ, ਉਹ ਸੰਸਾਰ ਦੇ ਠੰਡ ਵਰਤਾ ਰਹੇ ਸਨ ਮਾਨਵਤਾ ਦੇ ਕਲਿਆਣ ਦੇ ਲਈ, ਤਾਂ ਸਤਿਗੁਰੂ ਦਾ ਮਿਸ਼ਨ ਤਾਂ ਬਹੁਤ ਹੀ ਪਿਆਰਾ ਮਿਸ਼ਨ ਆ, ਔਰ ਦੂਸਰਿਆਂ ਦੇ ਕਲਿਆਣ ਕਰਨ ਦੇ ਲਈ ਆਪਣਾ ਆਪ ਆਪਣੇ ਪਰਿਵਾਰ ਤੱਕ ਵਾਰ ਕੇ ਮਹਾਰਾਜ ਜੀ ਨੇ ਰੱਖ ਦਿੱਤਾ। ਬਿਲਕੁਲ ਜੀ, ਕੋਈ ਸ਼ੱਕ ਨਹੀਂ ਹੈਗਾ, ਇਤਿਹਾਸਿਕ ਪੱਖ ਤੋਂ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਇੱਕ ਮਿਸਾਲ ਮਿਲਦੀ ਹੈ ਸਾਨੂੰ ਕਿ ਗੁਰੂ ਸਾਹਿਬਾਂ ਨੇ ਜੋ ਕੁਝ ਕੀਤਾ, ਹਾਂਜੀ, ਇਹੀ ਚੀਜ਼ ਨੂੰ ਜਦੋਂ ਅਸੀਂ ਰਿਫਲੈਕਟ ਕਰਦੇ ਹਾਂ ਅੱਜ ਦੀ ਆਪਣੀ ਰੋਜ਼ਮਰਾ ਜ਼ਿੰਦਗੀ ਦੇ ਵਿੱਚ, ਅਤੇ ਉਹਦੇ ਵਿੱਚ ਦੂਸਰੇ ਤਾਂ ਚਲੋ ਉਹਨਾਂ ਨੂੰ ਤਾਂ ਕੀ ਮਾਫ਼ ਕਰਨਾ, ਅੱਜ ਦੇ ਘਰਾਂ ਦੇ ਵਿੱਚ ਟਕਰਾਰ ਜਿਹੜੇ ਨੇ ਉਹ ਵੱਧਦੇ ਜਾ ਰਹੇ ਨੇ, ਅਤੇ ਉਸਦੇ ਵਿੱਚ ਮਾਫ਼ੀ ਦਾ ਇਹ ਕੋਨਸੈਪਟ ਬਿਲਕੁਲ ਖਤਮ ਹੁੰਦਾ ਜਾ ਰਿਹਾ। ਹਾਂਜੀ, ਇਹਦੇ ਮਤਲਬ ਸਾਨੂੰ ਦੱਸੋ ਕਿ ਘਰਾਂ ਦੇ ਵਿੱਚ ਜਿਹੜਾ ਇਹ ਕਿਵੇਂ ਅਡੋਪਟ ਕੀਤਾ ਜਾਏ, ਇਸ ਉੱਤੇ ਕੀ ਕਰਨ ਦੀ ਲੋੜ ਹੈ, ਕਿਸ ਤਰ੍ਹਾਂ ਇਹ ਨਾ ਹੋਵੇ ਮੈਨੂੰ ਕਿ ਮੇਰੀ ਸੈਲਫ ਅਸਟੀਮ ਸੋ ਕਾਲ ਜਿਹੜੀ ਮੈਂ ਕ੍ਰੀਏਟ ਕਰ ਲਈਏ, ਕਿ ਜੇਕਰ ਮੈਂ ਘਰ ਦੇ ਵਿੱਚ ਨੂੰਹ ਜਾਂ ਸੱਸ ਦੀ ਗੱਲ ਚੱਲ ਰਹੀ ਹੈ ਜਾਂ ਭੈਣਾਂ ਭਰਾਵਾਂ ਦੇ ਵਿਚਕਾਰ ਜਿਹੜਾ ਟਕਰਾਅ ਹੈਗਾ, ਉਹਦੇ ਜੇਕਰ ਮੈਂ ਕੋਈ ਸਟੈਂਡ ਲੈ ਲਿਆ ਤਾਂ ਮੈਨੂੰ ਕੋਈ ਨੀਵਾਂ ਸਮਝੇਗਾ ਅਤੇ ਮੈਂ ਛੋਟਾ ਹੋ ਜਾਵਾਂਗਾ, ਇਹ ਇੱਕ ਬਹੁਤ ਵੱਡਾ ਸਾਡੇ ਉੱਤੇ ਪ੍ਰਭਾਵ ਪਿਆ ਹੋਇਆ। ਹਾਂਜੀ, ਕਿਵੇਂ ਘਰਾਂ ਦੇ ਵਿੱਚ ਇਸ ਚੀਜ਼ ਨੂੰ ਅਡੋਪਟ ਕੀਤਾ ਜਾਵੇ? ਦੇਖੋ, ਅਸੀਂ ਗੁਰਬਾਣੀ ਤੋਂ ਸਮਝੀਏ ਜੀ, ਗੁਰੂ ਮਹਾਰਾਜ ਨੇ ਤਿੰਨ ਤਰ੍ਹਾਂ ਦੇ ਲੋਕ ਦੱਸੇ ਨੇ, ਤਿੰਨ ਬਿਰਤੀਆਂ ਵਾਲੇ। ਓਕੇ, ਇੱਕ ਹੈਗੇ ਨੇ ਸਮਾਨ ਬਿਰਤੀ ਵਾਲੇ ਜੀ, ਜਿੱਦਾਂ ਦਾ ਕਿਸੇ ਨੇ ਸਾਡੇ ਨਾਲ ਵਰਤਾਵ ਕੀਤਾ ਅਸੀਂ ਵੀ ਵਾਪਸ ਉਹਨਾਂ ਨਾਲ ਉਸੇ ਤਰ੍ਹਾਂ ਕਰ ਦੇਵਾਂਗੇ। ਮਹਾਰਾਜ ਕਹਿੰਦੇ ਕੋਟ ਮਦੇ ਕੋ ਬਿਰਲਾ ਸੇਵਕ ਹੋਰ ਸਗਲੇ ਵਿਵਹਾਰੀ, ਕੋਈ ਆ ਜਿਹੜਾ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਹੋਇਆ, ਬਾਕੀ ਤਾਂ ਸਾਰੇ ਵਿਹਾਰ 'ਚ ਹੀ ਫਸੇ ਹੋਏ ਨੇ, ਕਿਸੇ ਨੇ ਸਾਡੇ ਨਾਲ ਜਿੱਦਾਂ ਦਾ ਵਿਹਾਰ ਕਰਤਾ ਇੱਥੇ ਹੀ ਉਲਝੇ ਹੋਏ ਨੇ। ਦੂਸਰੇ ਨੇ ਜੀ, ਉਹ ਨੇ ਵੀ ਜਿਹੜੇ ਉਹਨਾਂ ਨੇ ਨੁਕਸਾਨ ਹੀ ਕਰੀ ਜਾਣਾ, ਬੁਰਾ ਹੀ ਕਰੀ ਜਾਣਾ, ਜਿੱਥੇ ਮਰਜ਼ੀ ਚਲੇ ਜਾਣ ਉਹਨਾਂ ਨੇ ਨੁਕਸਾਨ ਕਰਨਾ। ਜਿਵੇਂ ਜਪਜੀ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਨੂੰ ਦੱਸਦੇ ਨੇ ਨਾ, ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਵੜ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੁੜਿਆਰ ਕੂੜੇ ਫਰਾਏ, ਅਸੰਖ ਮਲੇਸ਼ ਮਲ ਪਾਖਾਏ, ਅਸੰਖ ਨਿੰਦਕ ਸਿਰ ਕਰੇ ਭਾਰ। ਮਤਲਬ ਇਹਨਾਂ ਨੇ ਜਿੱਥੇ ਵੀ ਜਾਣਾ ਨੁਕਸਾਨ ਹੀ ਕਰੀ ਜਾਣਾ, ਬੁਰਾ ਹੀ ਕਰੀ ਜਾਣਾ। ਤੀਸਰੇ ਨੰਬਰ ਦੇ ਜਿਹੜੇ ਨੇ ਉਹ ਹੈਗੇ ਨੇ, ਉਹਨਾਂ ਨੇ ਭਲਾ ਹੀ ਕਰੀ ਜਾਣਾ, ਉਹਨਾਂ ਦਾ ਕੋਈ ਨੁਕਸਾਨ ਵੀ ਕਰ ਦਵੇ ਉਹਨਾਂ ਨੇ ਮਾਫ਼ ਕਰ ਦੇਣਾ, ਭਲਾ ਹੀ ਕਰੀ ਜਾਣਾ, ਭਲਾ ਹੀ ਕਰੀ ਜਾਣਾ, ਸਰਬੱਤ ਦਾ ਹੀ ਭਲਾ ਕਰੀ ਜਾਣਾ। ਇਹ ਮਹਾਰਾਜ ਇਹਨਾਂ ਨੂੰ ਕਹਿੰਦੇ ਨੇ ਖਿਮਾ ਦੇਵਤਾ, ਇਹਨਾਂ ਜਿਹੜੇ ਦਇਆ ਦੇਵਤਾ, ਖਿਮਾ ਜਪ ਮਾਲੀ ਤੇ ਮਨ ਸਪਰਧਾਨ।
ਰਾਈਟ ਮਹਾਰਾਜ ਕਹਿੰਦੇ ਨੇ ਇਹ ਕਾਹਦੇ ਪੁਜਾਰੀ ਨੇ ਦਇਆ ਦੇ ਇਹਨਾਂ ਦੇ ਅੰਦਰ ਦਇਆ ਹੈ ਨਾ ਇਹ ਮਾਫ਼ ਕਰ ਦਿੰਦੇ ਆ ਇਹ ਕਾਹਦੀ ਇਹ ਮਾਲਾ ਜਪਦੇ ਨੇ ਇਹ ਮਾਫ਼ੀ ਦੀ ਇਹ ਅੰਦਰੋਂ ਮਾਫ਼ ਕਰ ਦਿੰਦੇ ਨੇ ਇਹਨਾਂ ਨੂੰ ਮਹਾਰਾਜ ਨੇ ਉੱਤਮ ਕਿਹਾ ਪ੍ਰਧਾਨ ਇਹ ਉੱਤਮ ਬਿਰਤੀ ਵਾਲੇ ਨੇ ਪਹਿਲੇ ਹੋ ਗਿਆ ਸਮਾਨ ਵੀ ਜਿੱਦਾਂ ਦੇ ਕਿਸੇ ਨੇ ਵਿਹਾਰ ਕੀਤਾ ਉਹ ਕਰ ਦਿਓ ਦੂਸਰਾ ਬੁਰਾਈ ਕਰੀ ਜਾਣ ਵਾਲੇ ਤੀਸਰੇ ਜਿਹੜੇ ਨੇ ਉਹ ਮਾਫ਼ ਕਰ ਦਿੰਦੇ ਨੇ ਹੈ ਨਾ ਉਹ ਭਲਾਈ ਕਰੀ ਜਾਂਦੇ ਨੇ ਭਲਾਈ ਕਰੀ ਜਾਂਦੇ ਨੇ ਹੁਣ ਦੱਸੋ ਆਮ ਇਨਸਾਨ ਨੂੰ ਸਾਨੂੰ ਕਹਿ ਲਈਏ ਸਾਨੂੰ ਘਰਾਂ ਵਿੱਚ ਕਿਹੋ ਜਿਹੇ ਬਣਨਾ ਚਾਹੀਦਾ ਸਮਾਨ ਵਿਹਾਰ ਕਰੀਏ ਜਾਂ ਬੁਰਾ ਕਰੀਏ ਕਿ ਜਾਂ ਅਸੀਂ ਮਾਫ਼ ਕਰਕੇ ਭਲਾ ਕਰ ਦਈਏ ਭਲਾ ਕਰਨ ਵਾਲਾ ਅਡਾਪਟ ਕਰਨਾ ਚਾਹੀਦਾ ਹਾਂ ਅਤੇ ਬਾਣੀ ਵਿੱਚ ਵੀ ਸਾਨੂੰ ਕਿਹਾ ਫਰੀਦਾ ਬੁਰੇ ਦਾ ਭਲਾ ਕਰ ਕੋਈ ਬੁਰਾ ਵੀ ਕਰਦਾ ਉਹਦਾ ਭਲਾ ਕਰ ਗੁੱਸਾ ਮਨ ਨਾ ਹੰਢਾਏ ਤੈਨੂੰ ਫਲ ਕੀ ਮਿਲੇਗਾ ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ ਹੋਰ ਬਾਣੀ ਵਿੱਚ ਸਾਨੂੰ ਬਾਣੀ ਨੇ ਤਾਂ ਸਾਨੂੰ ਇੰਨਾ ਜ਼ਿਆਦਾ ਸਮਝਾਇਆ ਅਗਰ ਉਹਨੂੰ ਮੰਨ ਕੇ ਅਸੀਂ ਚੱਲੀਏ ਨਾ ਸਾਡਾ ਤਾਂ ਇੰਨੀ ਰੂਹ ਲਾਈਟ ਰਹੇਗੀ ਹਲਕੀ ਰਹੇਗੀ ਕਿਸੇ ਵਿੱਚ ਨਹੀਂ ਫਸੇ ਰਹਾਂਗੇ ਬਸ ਰੱਬ ਦੇ ਪ੍ਰੇਮ ਦੇ ਵਿੱਚ ਹੀ ਅਸੀਂ ਰਹਾਂਗੇ ਕਹਿੰਦੇ ਤਿੰਨ ਗੁਣ ਅਪਣਾ ਲਓ ਤੁਸੀਂ ਤੁਹਾਡਾ ਜੀਵਨ ਇੰਨਾ ਆਨੰਦਮਈ ਹੋ ਜਾਏਗਾ ਹੈ ਨਾ ਨਿਵਣ ਸੁਅੱਖਰ ਖਵਣ ਗੁਣ ਜੇਬਾਂ ਮਣੀਆਂ ਮੰਤ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਬਸ ਆਵੀ ਕੰਤ ਇਹ ਤਿੰਨ ਗੁਣ ਹੈ ਜੀਵ ਆਤਮਾ ਤੋਂ ਅਪਣਾ ਲਾ ਪਹਿਲੀ ਗੱਲ ਤਾਂ ਨਿਮਰਤਾ ਉਹ ਸਾਡੀ ਹੋਮਿੰਗ ਆ ਨਾ ਜਿਹੜਾ ਤੁਸੀਂ ਕਹਿੰਦੇ ਵੀ ਮੈਂ ਕਿਉਂ ਮਾਫ਼ ਕਰਾਂ ਇਹ ਉਹੀ ਅੱਗੇ ਆਉਂਦੀ ਨਿਮਰਤਾ ਲਿਆ ਨਿਵਣ ਸੁਅੱਖਰ ਖਵਣ ਗੁਣ ਖਵਣ ਤੋਂ ਮਤਲਬ ਇਹ ਮਾਫ਼ ਕਰ ਦੇ ਇੱਕ ਸਹਿਣ ਸ਼ਕਤੀ ਤੇਰੇ 'ਚ ਹੋਵੇ ਤਾਂ ਦੂਸਰਾ ਮਾਫ਼ ਕਰ ਦੇ ਮਾਫ਼ ਔਰ ਤੀਸਰਾ ਹੈਗਾ ਆ ਮਿੱਠੇ ਬੋਲ ਬੋਲਣੇ ਜੇਬਾਂ ਮਣੀਆਂ ਮੰਤ ਇਹ ਤਰ੍ਹਾਂ ਭੈਣੇ ਵੇਸ ਕਰ ਤਾਂ ਬੱਸਾਂ ਵੀ ਕੰਧ ਇਹ ਤਿੰਨ ਗੁਣ ਮੈਂ ਕਹਿੰਦੀ ਅਸੀਂ ਪਰਿਵਾਰਾਂ ਵਿੱਚ ਅਪਣਾ ਲਈਏ ਸਾਡੇ ਨਾ ਘਰਾਂ 'ਚ ਕਲੇਸ਼ ਨਾ ਸਾਡੇ ਰਿਸ਼ਤਿਆਂ 'ਚ ਕਲੇਸ਼ ਔਰ ਨਾ ਹੀ ਪੂਰੇ ਸੰਸਾਰ ਵਿੱਚ ਜਿਹੜਾ ਖਤਰਾ ਬਣਿਆ ਹੋਇਆ ਨਾ ਥਰਡ ਵਰਲਡ ਵਾਰ ਦਾ ਕਿਤੇ ਵੀ ਨਹੀਂ ਰਹਿ ਸਕਦਾ ਤੁਸੀਂ ਦੇਖੋ ਅਗਰ ਅਸੀਂ ਕੋਈ ਗਲਤੀ ਹੋ ਜਾਵੇ ਅਸੀਂ ਸੌਰੀ ਕਰ ਦਈਏ ਨਿਮਰਤਾ 'ਚ ਰਹੀਏ ਪਰਿਵਾਰ ਦਾ ਮਾਹੌਲ ਕਿੰਨਾ ਸੁੰਦਰ ਕਿਸੇ ਕੋਲ ਗਲਤੀ ਹੋ ਗਈ ਉਹਨੂੰ ਮਾਫ਼ ਕਰ ਦਈਏ ਕਿੰਨਾ ਸੁੰਦਰ ਮਾਹੌਲ ਔਰ ਮਿੱਠੇ ਮਿੱਠੇ ਬੋਲ ਬੋਲੀਏ ਪਰਿਵਾਰਾਂ ਵਿੱਚ ਕਿੰਨਾ ਸੁੰਦਰ ਮਾਹੌਲ ਕਿੰਨੀਆਂ ਲੜਾਈਆਂ ਸਿਰਫ ਸਾਡੇ ਦੋ ਗੰਦੇ ਸ਼ਬਦਾਂ ਦੇ ਨਾਲ ਹੀ ਬਿਲਕੁਲ ਮਹਾਭਾਰਤ ਦਾ ਯੁੱਧ ਹੋਇਆ ਸੀ ਨਾ ਅੰਨੇ ਦਾ ਅੰਨਾ ਹੀ ਕਿਹਾ ਸੀ ਐਡਾ ਵੱਡਾ ਯੁੱਧ ਹੋ ਗਿਆ ਸੀ ਪਰਿਵਾਰਾਂ ਵਿੱਚ ਵੀ ਪਰਿਵਾਰ ਟੁੱਟਦੇ ਨੇ ਉਹਨੇ ਮੈਨੂੰ ਉਹ ਕਹਿ ਦਿੱਤਾ ਉਹਨੇ ਮੈਨੂੰ ਉਹ ਕਹਿ ਦਿੱਤਾ ਭਾਈ ਛੱਡੋ ਉਹਨਾਂ ਨੂੰ ਗੁਰੂ ਮਹਾਰਾਜ ਨੇ ਕੀ ਕਿਹਾ ਉਹਨੂੰ ਸੁਣੀਏ ਮਹਾਰਾਜ ਨੇ ਕਿਹਾ ਮਾਫ਼ ਕਰੋ ਮਨ ਵਿੱਚ ਗੁੱਸਾ ਵੀ ਨਾ ਰੱਖੋ ਪਿਆਰ ਕਰੋ ਪਰਮਾਤਮਾ ਹੈ ਹੀ ਪਿਆਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜੱਤਰ ਤੱਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਪਰਮਾਤਮਾ ਪ੍ਰੇਮ ਕਰਕੇ ਫੈਲਿਆ ਹੋਇਆ ਤਾਂ ਸਭ ਨੂੰ ਅਸੀਂ ਪ੍ਰੇਮ ਕਰੀਏ ਗਲਤੀ ਕਿਸੇ ਕੋਲ ਵੀ ਹੋ ਸਕਦੀ ਹੈ ਉਹਨਾਂ ਨੂੰ ਵੀ ਮਾਫ਼ ਕਰੀਏ ਆਪਣੀ ਗਲਤੀ ਦੀ ਵੀ ਮਾਫ਼ੀ ਮੰਗ ਲਈਏ ਸਾਡੇ ਕੋਲ ਵੀ ਗਲਤੀਆਂ ਹੁੰਦੀਆਂ ਨੇ ਮਾਫ਼ ਕਰ ਦਈਏ ਮਾਫ਼ੀ ਮੰਗ ਲਈਏ ਪਰਿਵਾਰਾਂ ਦਾ ਮਾਹੌਲ ਬਹੁਤ ਸੁੰਦਰ ਰਹੇਗਾ ਬਹੁਤ ਖੂਬ ਜੀ ਤੁਹਾਡਾ ਬਹੁਤ ਧੰਨਵਾਦ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤੱਤ ਇਸ ਕੋਨਸੈਪਟ ਨੂੰ ਜੇ ਅਸੀਂ ਸਮਝ ਜਾਈਏ ਤਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਘਰ ਦੇ ਵਿੱਚ ਹੀ ਸਾਡਾ ਸਵਰਗ ਹੋ ਜਾਏਗਾ ਅਤੇ ਅੱਜ ਜਿਹੜੇ ਅਸੀਂ ਮਾਨਸਿਕ ਤੌਰ 'ਤੇ ਸਰੀਰਕ ਤੌਰ ਦੇ ਉੱਤੇ ਅਸੀਂ ਅੱਜ ਚਿੰਤਿਤ ਹੈਗੇ ਹਾਂ ਆਪਣੇ ਬਾਰੇ ਤਾਂ ਇਹ ਬੇਸਿਕ ਫਾਊਂਡੇਸ਼ਨ ਕਿਉਂਕਿ ਅੱਜ ਸਾਇੰਸ ਵੀ ਕਹਿ ਰਹੀ ਕਿ ਦੋਨੋਂ ਮਾਇੰਡ ਐਂਡ ਬਾਡੀ ਰਿਲੇਟਡ ਹੈਗੀ ਹੈ ਹਾਂਜੀ ਸੋ ਜੇਕਰ ਅਸੀਂ ਮਾਨਸਿਕ ਤੌਰ 'ਤੇ ਅਧਿਆਤਮਿਕ ਤੌਰ 'ਤੇ ਆਪਣੇ ਆਪ ਨੂੰ ਉੱਚਾ ਚੁੱਕਾਂਗੇ ਤਾਂ ਉਹੀ ਸਾਡੇ ਰਿਫਲੈਕਟ ਹੋਏਗਾ ਸਰੀਰਕ ਤੌਰ ਦੇ ਉੱਤੇ ਅਤੇ ਘਰ ਦੇ ਵਿੱਚ ਵੀ ਇੱਕ ਸੁਖਾਵਾਂ ਮਾਹੌਲ ਬਣੇਗਾ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਾਲ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ 604-603-7555 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com ਭੈਣ ਜੀ ਨਾਲ ਗੱਲਬਾਤ ਕਰਨੀ ਹੋਏ ਤਾਂ ਇਹਨਾਂ ਦੀ ਇੱਕ ਵੈਬਸਾਈਟ ਹੈ ਜਿੱਥੇ ਜਾ ਕੇ ਤੁਸੀਂ www.ਸ੍ਰੀ ਗੁਰੂ ਨਾਨਕ ਮਿਸ਼ਨ.com ਇਸ ਵੈਬਸਾਈਟ 'ਤੇ ਬਹੁਤ ਸਾਰੀ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ ਅਤੇ ਫੋਨ ਰਾਹੀਂ ਗੱਲਬਾਤ ਕਰਨੀ ਹੋਏ ਤਾਂ 604-783-5911 'ਤੇ ਫੋਨ ਵੀ ਕਰ ਸਕਦੇ ਹੋ ਮਕਸਦ ਹੈ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਉੱਚਾ ਚੁੱਕਣਾ ਹੈ ਅੱਜ ਜੀਵਨ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਨੇ ਪਰ ਇਹਨਾਂ ਦੇ ਪਿੱਛੇ ਹੱਲ ਲੱਭਣ ਲਈ ਸਾਨੂੰ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਅਸੀਂ ਨਮਸਤਕ ਹੁੰਦੇ ਹਾਂ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਨੇ ਉਸ ਨੂੰ ਸਮਝਣਾ ਸ਼ੁਰੂ ਕਰੀਏ ਤਾਂ ਯਕੀਨੀ ਤੌਰ ਦੇ ਉੱਤੇ ਸਾਡੇ ਘਰਾਂ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਅੱਜ ਅਸੀਂ ਫੇਸ ਕਰ ਰਹੇ ਹਾਂ ਉਸ ਤੋਂ ਅਸੀਂ ਨਿਜਾਤ ਪਾ ਸਕਾਂਗੇ ਸਮਾਂ ਕੱਢ ਕੇ ਪ੍ਰੋਗਰਾਮ ਦੇਖਣ ਲਈ ਧੰਨਵਾਦ ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ